ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਤੇ ਦੋਸਤੋ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਦੋਸਤੋ ਅੱਜ ਦਾ ਜੌਬ ਨੋਟੀਫਿਕੇਸ਼ਨ ਆਊਟ ਹੋਇਆ ਜੀ ਅਧਿਨ ਸੇਬਾ ਮੰਚ ਚੌਣ ਬੋਰਡ ਪੰਜਾਬ ਵੱਲੋਂ ਜਾਨਕੀ ਟ੍ਰਿਪਲ ਐਸ ਬੀ ਬੋਰਡ ਵੱਲੋਂ ਇਹ ਦੋਸਤੋ ਘਰ ਘਰ ਰੋਜ਼ਗਾਰ ਸਕੀਮ ਦੇ ਤਹਿਤ ਇਸ਼ਤਿਹਾਰ ਨੰਬਰ 5/21 ਜਾਰੀ ਕੀਤਾ ਗਿਆ ਹੈ ਨਾ ਵੱਲੋਂ ਤੇ ਇਹ ਨਿਊਜ਼ ਆ ਜਿਹੜੀ ਰਾਤ ਹੀ ਆਊਟ ਹੋ ਚੁੱਕੀ ਸੀ ਕੱਲ ਰਾਤ ਅਸੀਂ WhatsApp ਗਰੁੱਪ ਦੇ ਵਿੱਚ ਅਪਡੇਟ ਕਰ ਦਿੱਤਾ ਸੀਗਾ ਤੇ ਅੱਜ ਇਹਦਾ ਨਿਊਜ਼ਪੇਪਰ ਦੇ ਵਿੱਚ ਸ਼ਾਰਟ ਨੋਟੀਫਿਕੇਸ਼ਨ ਆ ਚੁੱਕਿਆ ਦੋਸਤੋ ਤੇ ਇਹ ਜਿਹੜੀਆਂ ਪੋਸਟਾਂ ਆ ਜੀ ਗਰੁੱਪ ਸੀ ਦੀਆਂ ਪੋਸਟਾਂ ਤੇ ਪੰਜਾਬ ਸਰਕਾਰ ਦੇ ਡਾਇਰੈਕਟਰ ਮੱਛੀ ਪਾਲਣ ਵਿਭਾਗ ਵਿੱਚ ਮੱਛੀ ਪਾਲਣ ਅਫਸਰ ਦੀਆਂ 27 ਅਸਾਮੀਆਂ ਠੀਕ ਆ ਜੀ ਤਾਂ ਮੱਛੀ ਪਾਲਣ ਅਫਸਰ ਦੀਆਂ ਫਿਸ਼ਰੀ ਆਫੀਸਰ ਤੁਸੀਂ ਇਹਨੂੰ ਕਹਿ ਸਕਦੇ ਹੋ ਤਾਂ ਇਹਦੀਆਂ 27 ਪੋਸਟਾਂ ਭਰੀਆਂ ਜਾਣੀਆਂ ਦੋਸਤੋ Triple S B ਵੱਲੋਂ ਮੱਛੀ ਪਾਲਣ ਵਿਭਾਗ ਦੇ ਲਈ ਤੇ ਗਰੁੱਪ ਸੀ ਦੀ ਹੈ ਭਰਤੀ ਆ ਪਹਿਲਾਂ ਵੀ ਨਿਕਲੀ ਸੀ ਇਹ ਭਰਤੀ ਹਰ ਵਾਰ ਨਿਕਲਦੀ ਆ ਜਦੋਂ ਵੀ ਪੋਸਟਾਂ ਆਉਂਦੀਆਂ ਨੇ ਪੰਜਾਬ ਦੇ ਵਿੱਚ ਤੇ ਇਹਦੇ ਲਈ ਦੋਸਤੋ ਜਿਹੜੀਆਂ ਆਨਲਾਈਨ ਫਾਰਮ ਭਰੇ ਜਾਣ ਦੀ ਵੈਬਸਾਈਟ ਤੇ ਭਰੇ ਜਾਣਿਆ tripsb.punjab.gov.in ਤੇ ਤੇ ਇਸ ਤੋਂ ਬਾਅਦ ਦੋਸਤੋ ਭਰੇ ਕਦੋਂ ਤੋਂ ਜਾਣੇ ਆ 19-4-21 ਤੋਂ ਲੈ ਕੇ 10-5-21 ਸ਼ਾਮ 5 ਵਜੇ ਤੱਕ ਤੁਸੀਂ ਇਹਨਾਂ ਨੂੰ ਆਨਲਾਈਨ ਅਪਲਾਈ ਕਰ ਸਕਦੇ ਹੋ ਫੀਸ ਭਰਨ ਦੀ ਜਿਹੜੀ ਲਾਸਟ ਡੇਟ ਆ 12-5-21 ਆ ਜੀ ਸ਼ਾਮ 5 ਵਜੇ ਤੱਕ ਤੇ ਇਹਦਾ ਜਿਹੜਾ ਵਿਸਥਾਰਪੂਰਵਕ ਨੋਟਿਸ ਆ ਜਿਵੇਂ ਕਿ ਕੁਆਲੀਫਿਕੇਸ਼ਨ ਉਮਰ ਸੀਮਾ ਚੋਣ ਵਿਧੀ ਆ ਉਹ ਸਾਰੀਆਂ ਇਹਨਾਂ ਦੀ ਵੈਬਸਾਈਟ ਤੇ ਆਉਣੀਆਂ triplesp.punjab.gov.in ਤੇ ਤੇ ਇਹ ਅੱਜ 16/4/21 ਨੂੰ ਜਾਰੀ ਹੋਇਆ ਅੱਜ ਨਿਊਜ਼ਪੇਪਰ ਦੇ ਵਿੱਚ ਆਊਟ ਹੋਇਆ ਅਧਿਨ ਸੇਵਾਵਾ ਚੋਣ ਬੋਰਡ ਪੰਜਾਬ ਵੱਲੋਂ ਤਾਂ ਮੈਂ ਇਹਦੀ ਤੁਹਾਨੂੰ ਕੁਆਲੀਫਿਕੇਸ਼ਨ ਦੱਸ ਦਿੰਨਾ ਪਿਛਲੀ ਪਿਛਲੇ ਨੋਟੀਫਿਕੇਸ਼ਨ ਦੇ ਅਨੁਸਾਰ ਤਾਂ ਪਹਿਲਾਂ ਇਹਦੀ ਜੋ ਵੀ ਕੁਆਲੀਫਿਕੇਸ਼ਨ ਸੀ ਦੋਸਤੋ ਉਹ ਇਹਨਾਂ ਨੇ ਮੰਗੀ ਸੀਗੀ ਕਿ ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ ਫਿਸ਼ਰੀ ਫਿਸ਼ਰੀ ਸਾਇੰਸ ਦੇ ਵਿੱਚ ਜਾਂ ਫਿਰ ਸਾਇੰਸ ਦੇ ਵਿੱਚ ਤੁਹਾਡੇ ਕੋਲ ਫਿਸ਼ਰੀ ਸਾਇੰਸ ਦੇ ਨਾਲ ਤੁਹਾਡੇ ਕੋਲ ਜੂਲੋਜੀ ਤੁਸੀਂ ਪੜ੍ਹੀ ਹੋਣੀ ਚਾਹੀਦੀ ਹੈ ਐਸ ਵਨ ਆਫ ਦਾ ਸਬਜੈਕਟ ਤੇ ਡਿਪਲੋਮਾ ਤੁਹਾਡਾ ਹੋਣਾ ਚਾਹੀਦਾ ਇਨਲੈਂਡ ਫਿਸ਼ਰੀਜ਼ ਦੇ ਵਿੱਚ ਠੀਕ ਹੈ ਜੀ ਬਾਕੀ 10ਵੀਂ ਦੇ ਵਿੱਚ ਪੰਜਾਬੀ ਤਾਂ ਇਹ ਤੁਹਾਡੀ ਕੁਆਲਿਫੀਕੇਸ਼ਨ ਪਿਛਲੀ ਵਾਰ ਮੰਗੀ ਗਈ ਸੀ ਹੋ ਸਕਦਾ ਕੁਆਲਿਫੀਕੇਸ਼ਨ ਇਸ ਵਾਰ ਏਵੇਂ ਹੀ ਹੋਵੇ ਤੇ ਬਾਕੀ ਇਹਦਾ ਜਦੋਂ ਵੀ ਡਿਟੇਲ ਨੋਟੀਫਿਕੇਸ਼ਨ ਆਉਂਦਾ ਤੁਹਾਡੇ ਤੱਕ ਵੀਡੀਓ ਜ਼ਰੂਰ ਲੈ ਕੇ ਆਵਾਂਗੇ ਤੇ ਉਦੋਂ ਤੱਕ ਸਾਡੇ ਨਾਲ ਜੁੜੇ ਰਹੋ ਬਣੇ ਰਹੋ ਹਰ ਨਵੀਂ ਅਪਡੇਟ ਦੇ ਲਈ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਸ਼ੇਅਰ ਜ਼ਰੂਰ ਕਰਦਾ ਆਪਣੇ ਦੋਸਤਾਂ ਤੱਕ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ